ਪਾਕਿਸਤਾਨ ਦੇ ਇਲੈਕਸ਼ਨ ਵਿੱਚ ਇੱਕ ਅੱਧਾ ਦਿਨ ਬਾਕੀ ਹੈ, ਲੇਕਿਨ ਸਿਆਣਿਆਂ ਨੇ ਨਤੀਜਾ ਪਹਿਲਾਂ ਹੀ ਸੁਣਾ ਛੱਡਿਆ। ਇਹ ਕਹਿੰਦਾ ਵੀ ਸਿਲੈਕਸ਼ਨ ਹੋ ਚੁੱਕੀ ਹੈ, ਹੁਣ ਬਸ ਇਲੈਕਸ਼ਨ ਬਾਕੀ ਹੈ। ਇੱਕ ਹੋਰ ਸਾਹਿਬ ਫਰਮਾਉਂਦੇ ਨੇ ਕਿ ਇਲੈਕਸ਼ਨ ਦੇ ਦਿਹਾੜੇ ਜੋ ਵੀ ਹੋਵੇ ਲੋਕਾਂ ਦਾ ਹੱਕ ਪਹਿਲਾਂ ਹੀ ਖੁੱਸ ਚੁੱਕਿਆ। ਪਾਕਿਸਤਾਨ ਵਿੱਚ ਬੜਾ ਇੱਜ਼ਤ ਵਾਲਾ ਇਦਾਰਾ ਹੈ, ਹਿਊਮਨ ਰਾਈਟਸ ਕਮਿਸ਼ਨ ਆਫ ਪਾਕਿਸਤਾਨ। ਉਹਨਾਂ ਨੇ ਵੀ ਬਿਆਨ ਦਿੱਤਾ ਵੀ ਇਸ ਤੋਂ ਗੰਦਾ ਇਲੈਕਸ਼ਨ ਪਾਕਿਸਤਾਨ 'ਚ ਪਹਿਲੇ ਕਦੀ ਨਹੀਂ ਹੋਇਆ। ਇਲੈਕਸ਼ਨ ਤੋਂ ਪਹਿਲਾਂ ਸਿਆਸਤਦਾਨ ਵਾਅਦੇ ਵੀ ਕਰਦੇ ਨੇ ਅਤੇ ਨਾਲ ਥੋੜ੍ਹਾ ਜਿਹਾ ਸਿਆਪਾ ਵੀ ਕਰ ਲੈਂਦੇ ਨੇ, ਲੇਕਿਨ ਇਸ ਦਫ਼ਾ ਲਾਹੌਰ ਨੂੰ ਪੈਰਿਸ ਅਤੇ ਕਰਾਚੀ ਨੂੰ ਕੈਲੀਫੋਰਨੀਆ ਬਣਾਉਣ ਦੇ ਵਾਅਦੇ ਤਾਂ ਹੋਏ ਨੇ, ਪਰ ਰੋਣ ਪਿੱਟਣ ਜ਼ਿਆਦਾ ਹੋਇਆ। ਹਰ ਇਲੈਕਸ਼ਨ ਵਿੱਚ ਝਰਲੂ ਤਾਂ ਥੋੜ੍ਹਾ ਬਹੁਤ ਚੱਲਦਾ ਹੀ ਹੈ, ਪਰ ਹੁਣ ਪਾਕਿਸਤਾਨ ਵਿੱਚ ਇਲੈਕਸ਼ਨ ਟੈਕਨੋਲੋਜੀ ਵਾਹਵਾ ਤਰੱਕੀ ਕਰ ਗਈ ਹੈ। ਸਾਰੀਆਂ ਧਿਰਾਂ ਨੂੰ ਪਤਾ ਹੈ ਬਈ ਇਲੈਕਸ਼ਨ ਵਾਲੇ ਦਿਨ ਸਾਰੇ ਉਮੀਦਵਾਰਾਂ ਅਤੇ ਉਹਨਾਂ ਦੇ ਕਾਮਿਆਂ ਨੇ ਆਪਣੇ ਮੋਬਾਈਲ ਫੋਨ ਨਾਲ ਵੀਡੀਓ ਬਣਾਉਣ 'ਤੇ ਲੱਗੇ ਹੋਣਾ ਅਤੇ ਗੜਬੜ ਦੀ ਗੁੰਜਾਇਸ਼ ਜ਼ਿਆਦਾ ਕੋਈ ਨਹੀਂ ਹੋਣੀ। ਇਸ ਲਈ ਜੋ ਕੰਮ ਵਿਖਾਉਣਾ ਹੈ ਹੁਣੇ ਹੀ ਵਿਖਾ ਲਓ। ਇਹਦੇ ਲਈ ਭਾਵੇਂ ਖੁਫੀਆ ਏਜੰਸੀ ਵਾਲਿਆਂ ਕੋਲੋਂ ਚਤਰੋਲ ਕਰਾਉਣਾ ਪਵੇ, ਭਾਵੇਂ ਅੱਧੀ ਰਾਤੀ ਅਦਾਲਤਾਂ ਖੋਲ੍ਹ ਕੇ ਕਿਸੇ ਨੂੰ ਉਮਰ ਕੈਦ ਕਰਾਉਣੀ ਪਵੇ, ਕਰਾ ਦਿਓ। ਇਲੈਕਸ਼ਨ ਦਾ ਦਿਹਾੜਾ ਆਉਣ ਤੋਂ ਪਹਿਲਾਂ ਹੀ ਖਲਕਤ ਨੂੰ ਦੱਸ ਦਿਓ ਬਈ ਤੁਸੀਂ ਮੋਹਰ ਲਾਉਣ ਤੋਂ ਪਹਿਲਾਂ ਇਹ ਸੋਚ ਲੈਣਾ ਵੀ ਤੁਹਾਡਾ ਬੰਦਾ ਜਿੱਤਣਾ ਕੋਈ ਨਹੀਂ, ਅਤੇ ਤੁਹਾਡੇ ਹੱਕ ਵਿੱਚ ਇਹ ਹੀ ਬਿਹਤਰ ਹੈ ਵੀ ਜਿਹਦੇ 'ਤੇ ਅਸੀਂ ਹੱਥ ਰੱਖ ਛੱਡਿਆ ਉਹਨੂੰ ਵੋਟ ਦਿਓ ਅਤੇ ਘਰਾਂ ਨੂੰ ਜਾਓ। ਲੇਕਿਨ ਇਹ ਇਲੈਕਸ਼ਨ ਤੋਂ ਪਹਿਲਾਂ ਸਿਲੈਕਸ਼ਨ ਕਰਨ ਵਾਲਿਆਂ ਨੂੰ ਇੱਕ ਸ਼ੱਕ ਜਿਹਾ ਰਹਿੰਦਾ ਵੀ ਜਦੋਂ ਕੋਈ ਬੰਦਾ ਜਾਂ ਜਨਾਨੀ ਵੋਟ ਦੀ ਪਰਚੀ ਫੜ ਕੇ ਕਮਰੇ ਵਿੱਚ ਮੋਹਰ ਲਾਉਣ ਜਾਂਦਾ ਹੈ ਤਾਂ ਉਹ ਇਕੱਲਾ ਹੁੰਦਾ, ਅੱਲਾ ਤੋਂ ਇਲਾਵਾ ਵੇਖਣ ਵਾਲਾ ਕੋਈ ਨਹੀਂ ਹੁੰਦਾ। ਪਤਾ ਨਹੀਂ ਕਿਸ ਸ਼ਾਇਦ 'ਤੇ ਮੋਹਰ ਲਾ ਕੇ ਆਪਣੇ ਦਿਲ ਦਾ ਦੁੱਖੜਾ ਸੁਣਾ ਛੱਡੇ। ਇਲੈਕਸ਼ਨ ਤੋਂ ਪਹਿਲਾਂ ਹੀ ਝਰਲੂ ਚਲਾਉਣ ਵਾਲਿਆਂ ਨੂੰ ਇੱਕ ਤਸੱਲੀ ਤਾਂ ਸਾਡੇ ਇੱਕ ਬੇਲੀ ਨੇ ਦਿੱਤੀ ਹੈ ਵੀ ਪਰੇਸ਼ਾਨ ਨਾ ਹੋਵੋ, ਜਿਹੜਾ ਵੀ ਜਿੱਤ ਗਿਆ ਤੁਸੀਂ ਉਹਨੂੰ ਚੱਲਣ ਕਿਹੜਾ ਦੇਣਾ, ਇਸ ਲਈ ਠੰਡੇ ਹੋ ਜਾਓ, ਲੋਕਾਂ ਨੂੰ ਇੱਕ ਦਿਨ ਲਈ ਆਪਣਾ ਸ਼ੌਕ ਪੂਰਾ ਕਰ ਲੈਣ ਦਿਓ। ਲੇਕਿਨ ਸਾਡੇ ਜ਼ੋਰਾਵਰ ਮਰਾਸੀਆਂ ਦੇ ਮਸ਼ਵਰੇ ਮੰਨਣ ਲੱਗਣ ਅਤੇ ਪ੍ਰਧਾਨ ਕਿਵੇਂ ਮੰਨਣ? ਜਿਹੜਾ ਇਲੈਕਸ਼ਨ ਦੇ ਨਾਂ 'ਤੇ ਸਿਆਪਾ ਸ਼ੁਰੂ ਹੋਇਆ ਹੈ ਇਹ ਇਲੈਕਸ਼ਨ ਤੋਂ ਬਾਅਦ ਵੀ ਨਹੀਂ ਮੁੱਕਣਾ। ਲੇਕਿਨ ਅਜੇ ਤਾਂ ਇਲੈਕਸ਼ਨ ਦਾ ਮੇਲਾ ਲੱਗਾ ਹੈ, ਮੇਲੇ 'ਤੇ ਮਹਾਤੜ ਵੀ ਪਹੁੰਚ ਹੀ ਜਾਂਦੇ ਨੇ। ਜਿਨ੍ਹਾਂ ਨੂੰ ਜੇਲ੍ਹ ਹੋ ਗਈ ਹੈ ਉਹ ਅਕਾਲ ਕੋਠੀਆਂ ਵਿੱਚ ਬਹਿ ਕੇ ਪੁਰਾਣੇ ਮੇਲਿਆਂ ਨੂੰ ਯਾਦ ਕਰਨ, ਉਹ ਮੇਲੇ ਜਿਨ੍ਹਾਂ ਵਿੱਚ ਆਲਮ ਲੁਹਾਰ ਗਾਉਂਦਾ ਸੀ। ਵੈਸੇ ਵੀ ਇਲੈਕਸ਼ਨ ਵੀ ਇੰਜ ਦਾ ਲੱਗਦਾ ਜਿਵੇਂ ਮਿਰਜ਼ਾ ਸਾਹਿਬਾਂ ਵਿੱਚ ਸਾਹਿਬਾਂ ਦੀ ਦੁਆ ਕਬੂਲ ਹੋ ਗਈ ਹੋਵੇ। ਚਿਮਟੇ ਨੂੰ ਖੜਕਾ ਕੇ ਆਲਮ ਲੁਹਾਰ ਆਉਂਦਾ ਸੀ, 5-7 ਮਰਨ ਗੁਆਂਢਣਾ ਅਤੇ ਰਹਿੰਦੀਆਂ ਨੂੰ ਤਾਪ ਚੜ੍ਹੇ, ਕੁੱਤੀ ਮਰੇ ਫਕੀਰ ਦੀ ਜਿਹੜੀ ਚੌਂ ਚੌਂ ਨਿੱਤ ਕਰੇ, ਅਤੇ ਹੱਟੀ ਸੜੇ ਕਰਾੜ ਦੀ ਜਿੱਥੇ ਦੀਵਾ ਨਿੱਤ ਬਲੇ, ਅਤੇ ਗਲੀਆਂ ਹੋ ਜਾਣ ਸੁੰਜੀਆਂ ਵਿੱਚ ਮਿਰਜ਼ਾ ਯਾਰ ਫਿਰੇ। ਹੁਣ ਗੁਆਂਢਣਾ ਜੇਲ੍ਹ ਵਿੱਚ ਨੇ, ਫਕੀਰ ਦੀ ਕੁੱਤੀ ਨੂੰ ਪਟਾ ਪਾ ਦਿੱਤਾ ਗਿਆ, ਕਰਾੜ ਦੀ ਹੱਟੀ 'ਤੇ ਦੀਵਾ ਕੋਈ ਨਹੀਂ, ਅਤੇ ਹੁਣ ਸਾਡਾ ਮਿਰਜ਼ਾ ਯਾਰ ਇਮਰਾਨ ਖਾਨ ਸੁੰਜੀਆਂ ਗਲੀਆਂ ਵਿੱਚ ਨਾਅਰੇ ਮਾਰਦਾ ਫਿਰਦਾ ਬਈ ਕੋਈ ਹੈ ਅਤੇ ਆਵੇ ਮੈਦਾਨ ਵਿੱਚ। ਅੱਲਾ ਖੈਰ ਕਰੇ, ਹਾਦਸੇ ਸੁੰਜੀਆਂ ਗਲੀਆਂ ਵਿੱਚ ਵੀ ਹੋ ਜਾਂਦੇ ਨੇ। ਇੱਕ ਦਫ਼ਾ ਆਲਮ ਲੁਹਾਰ ਨੇ ਲੱਤ ਤੁੜਵਾ ਲਈ ਸੀ ਅਤੇ ਫਿਰ ਗਾਉਂਦਾ ਫਿਰਦਾ ਸੀ, ਆਵਾਜ਼ਾਂ ਮਾਰੀਆਂ ਬੁਲਾਇਆ ਕਈ ਵਾਰ ਵੇ, ਕਿਸੇ ਨੇ ਮੇਰੀ ਗੱਲ ਨਾ ਸੁਣੀ। ਪਰਚੀ ਕਟਾਓ ਅਤੇ ਮੋਹਰ ਲਾ ਕੇ ਦਿਲ ਦਾ ਕਾਰਡ ਕੱਢੋ, ਰੱਬ ਤੁਹਾਡਾ ਅਤੇ ਤੁਹਾਡੇ ਵੋਟ ਦਾ ਮਾਣ ਰੱਖੇ। ਜਿਉਂਦੇ ਰਹੋ, ਰੱਬ ਰੱਖਾ।